ਬੰਦੇ ਜ਼ਰਾ ਸਾਹਿਬੇ ਔਲਾਦ ਹੁੰਦੇ ਰਹਿਣਗੇ ਹਾਂ ਕਦੇ ਕਦੇ ਪਿਆਰ ਦੇ ਫਸਾਦ ਹੁੰਦੇ ਰਹਿਣਗੇ ਜਦੋਂ ਤੱਕ ਦੁਨੀਆ ਤੇ ਇੱਕ ਸੁੰਨੀ ਜ਼ਿੰਦਾ ਹੈ ਮੇਰੇ ਨਬੀ ਪਾਕ ਦੇ ਮਿਲਾਦ ਹੁੰਦੇ ਰਹਿਣਗੇ ਕੈਫ ਤੱਕ ਜਾਂਦੀ ਹੈ ਸਰੂਰ ਤੱਕ ਜਾਂਦੀ ਹੈ ਤੈਬਾ ਤੱਕ ਜਾਂਦੀ ਹੈ ਦੂਰ ਤੱਕ ਜਾਂਦੀ ਹੈ ਅਲੀ ਤੱਕ ਜਾਂਦੀ ਹੈ ਹਜ਼ੂਰ ਤੱਕ ਜਾਂਦੀ ਹੈ ਮੇਰੇ ਮੁਸਤਫਾ ਨੂੰ ਤੋਂ ਦਿਲੋਂ ਯਾਦ ਕੀਤਾ ਕਰ ਦਿਲ ਦੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਮੇਰੇ ਮੁਸਤਫਾ ਨੂੰ ਤੋਂ ਦਿਲੋਂ ਯਾਦ ਕੀਤਾ ਕਰ ਦਿਲ ਦੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਮਹਿਫਿਲ ਸੱਜੀ ਹੋਈ ਮੇਰੇ ਹਜ਼ੂਰ ਦੀ ਹੈ ਕੋਈ ਪੜ੍ਹੀ ਜਾਵੇ ਕੋਈ ਸੁਣੀ ਜਾਵੇ ਇੱਕ ਖਿਆਲ ਨਹੀਂ ਰੱਖਦੇ ਸੁਣਨ ਵਾਲੇ ਕੋਈ ਸੜੀ ਜਾਵੇ ਕੋਈ ਠਰੀ ਜਾਵੇ ਦਰਿਆਵਾਂ ਆਪਣੀ ਮੋਜ ਲੈਣੇ ਕੋਈ ਡੁੱਬੀ ਜਾਵੇ ਕੋਈ ਤਰੀ ਜਾਵੇ ਤਾਰੇ ਮੇਰੇ ਹਜ਼ੂਰ ਦੇ ਲੱਗਣੇ ਨੇ ਕੋਈ ਖੁਸ਼ ਹੋਵੇ ਕੋਈ ਮਰੀ ਜਾਵੇ ਮੈਂ ਵੀ ਮੰਗਤਾ ਉਸ ਨਬੀ ਦਾ ਹਾਂ ਜੋ ਸਭ ਦੀਆਂ ਝੋਲੀਆਂ ਭਰੀ ਜਾਵੇ ਮੈਂ ਵੀ ਮੰਗਤਾ ਉਸ ਨਬੀ ਦਾ ਹਾਂ ਜੋ ਸਭ ਦੀਆਂ ਝੋਲੀਆਂ ਭਰੀ ਜਾਵੇ ਚੰਨਾ ਨਾਲ ਸਤਾਰੇ ਲੈ ਜਾ ਚੰਨਾ ਨਾਲ ਸਤਾਰੇ ਲੈ ਜਾ ਕਰਕੇ ਆਪ ਨਿਕਾਹੇ ਲੈ ਜਾ ਅਸੀਂ ਤਾਂ ਤੇਰੀ ਮੋੜਨੀ ਕੋਈ ਨਹੀਂ ਕੋਝੇ ਕਮਲੇ ਸਾਰੇ ਲੈ ਜਾ ਅੱਲਾ ਫਰਮਾ ਰਿਹਾ ਆਪਣੇ ਯਾਰ ਨਾਲ ਯਾਰ ਯਾਰ ਨਾਲ ਗੱਲ ਕਰ ਰਿਹਾ ਤੇ ਕੋਝੇ ਕਮਲੇ ਸਾਰੇ ਲੈ ਜਾ ਬਖਸ਼ੇ ਛੋਟੇ ਵੱਡੇ ਸਾਰੇ ਦੁਜ਼ਖ ਵਿੱਚੋਂ ਕੱਢੇ ਸਾਰੇ ਰੱਬ ਆਖੇਗਾ ਹੁਣ ਤੇ ਖੁਸ਼ ਏ ਤੇਰੇ ਮੋਨੋਂ ਛੱਡੇ ਸਾਰੇ ਚੰਨਾ ਨਾਲ ਸਿਤਾਰੇ ਲੈ ਜਾ ਕਰਕੇ ਆਪ ਨਿਕਾਹੇ ਲੈ ਜਾ ਅਸੀਂ ਤਾਂ ਤੇਰੀ ਮੋੜ ਨਹੀਂ ਕੋਈ ਨੀ ਕੋਝੇ ਕਮਲੇ ਸਾਰੇ ਲੈ ਜਾ ਬਖਸ਼ੇ ਛੋਟੇ ਵੱਡੇ ਸਾਰੇ ਦੁਜ਼ਖ ਵਿੱਚੋਂ ਕੱਢੇ ਸਾਰੇ ਰੱਬ ਆਖੇਗਾ ਹੁਣ ਤੇ ਖੁਸ਼ ਏ ਤੇਰੇ ਮੋਨੋਂ ਛੱਡੇ ਸਾਰੇ ਕੱਢੇ ਕਦੀ ਗੁਲਾਮ ਨਹੀਂ ਹੁੰਦੇ ਤੇ ਚੰਗੇ ਕਦੀ ਖਰਾਬ ਨਹੀਂ ਹੁੰਦੇ ਰੱਬ ਛੱਡਦੇ ਸੀ ਯਾਰ ਦੇ ਮੋਨੋਂ ਤੇ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਰੱਬ ਛੱਡਦੇ ਸੀ ਯਾਰ ਦੇ ਮੋਨੋਂ ਤੇ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਅਬ ਮੈਂ ਨਾਤ ਰਸੂਲ ਮਕਬੂਲ ਕੇ ਲਈ ਦਾਵਤ ਦੇਤਾ ਹੂੰ ਹਮਾਰੇ ਮਹਿਮਾਨ ਖਸੂਸੀ ਜੋ ਕਿ ਲਾਹੌਰ ਸੇ ਤਸ਼ਰੀਫ ਲਾਏ ਹੋਏ ਉਹ ਆਏ ਜਨਾਬ ਮੋਹਤਰਮ ਹਮਾਰੇ ਭਾਈ ਨਦੀਮ ਨਜ਼ੀਰ ਸਾਹਿਬ ਉਹ ਆਏ ਹਮੇ ਨਾਤ ਰਸੂਲ ਮਕਬੂਲ ਸੁਣਾ ਕਰ ਹਮਾਰੇ ਦਿਲੋਂ ਕੋ ਮੁਨੱਵਰ ਫਰਮਾਏ ਨਾਰਾ ਤਕਬੀਰ ਦੋਸਤੋ ਅੱਗੇ ਵੀ ਆਖਿਆ ਹੈ ਕਿ ਸੋਹਣੇ ਦੀ ਮਹਿਫਲ ਤੇ ਸੋਹਣੇ ਦੇ ਆਸ਼ਕ ਬੈਠੇ ਹੋ ਤੇ ਏਡੇ ਠੰਡੇ ਨਹੀਂ ਹੋਣੇ ਚਾਹੀਦੇ ਭਾਈ ਨਦੀਮ ਸਾਹਿਬ ਲਾਹੌਰ ਤੋਂ ਸਫ਼ਰ ਕਰਕੇ ਆਏ ਨੇ ਇਸ ਤਰੀਕੇ ਇਹਨਾਂ ਦਾ ਇਸਤਕਬਾਲ ਕਰੋ ਕਿ ਇਹਨਾਂ ਦੀ ਲਾਹੌਰ ਦੀ ਥਕਾਵਟ ਉਤਰ ਜਾਵੇ ਨਾਰਾਏ ਤਕਬੀਰ ਨਾਰਾਏ ਰਿਸਾਲਾ ਨਾਰਾਏ ਰਿਸਾਲਾ ਨਾਰਾ ਹਾਦਰੇ ਸਰਕਾਰ ਕੀ ਆਮਦ ਦਿਲਦਾਰ ਕੀ ਆਮਦ ਮੱਕੀ ਕੀ ਆਮਦ ਮਦਨੀ ਕੀ ਆਮਦ ਜ਼ਰ ਜ਼ੋਰ ਸੇ ਬੋਲੋ ਨਾਰਾ ਹਾਦਰੇ ਅਊਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲਲਾਹਿ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ ਮੈਂ ਕੁਛ ਨਾ ਸਹੀ ਪਰ ਮੇਰਾ ਮੁਕੱਦਰ ਤੋਂ ਬੜਾ ਹੈ ਮਹਿਬੂਬ ਕੀ ਦਹਿਲੀਜ਼ ਪੇ ਸਰ ਮੇਰਾ ਧਰਾ ਹੈ ਮਾਸ਼ਾਅੱਲਾ ਅੱਜ ਦੀ ਇਹ ਪਾਕ ਔਰ ਮੁਬਾਰਕ ਮਹਿਫਿਲ ਸਜਾਉਣ 'ਤੇ ਮੈਂ ਇੰਤਹਾਈ ਮੁਬਾਰਕਬਾਦ ਪੇਸ਼ ਕਰਨਾ ਸਾਡੇ ਬੜੇ ਹੀ ਮੋਹਸਿਨ ਸੂਫੀ ਮੁਜ਼ੰਮਲ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਇਸ ਮਹਿਫਿਲ ਨੂੰ ਸਜਾਇਆ ਅੱਲਾ ਪਾਕ ਮੇਰੀ ਦੁਆ ਅੱਲਾ ਪਾਕ ਇਸ ਮਹਿਫਿਲ ਨੂੰ ਆਪਣੀ ਬੁਲੰਦ ਔਰ ਅਜ਼ੀਮ ਬਾਰਗਾਹ 'ਚ ਕਬੂਲ ਮਨਜ਼ੂਰ ਅਤਾ ਫਰਮਾਏ ਔਰ ਇਸ ਮਹਿਫਿਲ ਦਾ ਸਦਕਾ ਸਾਨੂੰ ਸਾਰਿਆਂ ਨੂੰ ਮੱਕਾ ਔਰ ਮਦੀਨਾ ਪਾਕ ਦੀ ਬਾਦਬ ਹਾਜ਼ਰੀ ਨਸੀਬ ਫਰਮਾਏ ਮੇਰੀ ਖੁਸ਼ਬਖਤੀ ਕਿ ਬਾਬਾ ਜੀ ਦੇ ਹੁੰਦਿਆਂ ਮੇਰੀ ਹਾਜ਼ਰੀ ਹੋ ਰਹੀ ਹੈ ਅੱਲਾ ਪਾਕ ਸਾਰਿਆਂ ਦਾ ਪੜ੍ਹਨਾ ਸੁਣਨਾ ਆਪਣੀ ਬੁਲੰਦ ਬਾਰਗਾਹ 'ਚ ਕਬੂਲ ਮਨਜ਼ੂਰ ਅਤਾ ਫਰਮਾਏ ਇੱਕ ਵਾਰੀ ਉਹ ਬੰਦਾ ਹੱਥ ਉਡਾਏ ਜਿਹੜਾ ਉੱਚੀ ਦਰੂਦ ਪੜ੍ਹ ਸਕਦਾ ਹੈ
माशाल्लाह क्या बात है। उच्ची बार दरूद पढ़ना है, इन्नी उच्ची दरूद पढ़ो कि तो साड़ी बात मदीने पाक चले जाए। माशाल्लाह सज्जा खड़ा करके उच्ची बार दरूद पढ़ना है। सल्लल्लाहु अलैहि या रसूल अल्लाह, पढ़िए वसल्लम अलैका या हबीब अल्लाह। सल्लल्लाहु अलैका या रसूल अल्लाह वसल्लम अलैका या हबीब अल्लाह। करना या सोल दिया गल्ला करना या सोल दिया हो गल्ला करे ता पढ़ना रसूल अल्लाह खून हलाली गे ना ता पढ़ना रसूल दिया। और बड़े खास भाई है तैबा गैरतमंद हो नबी तो फिदा होंदे बंदा गैरतमंद हो। पढ़िए सल्लल्लाहु अलैका या हबीब अल्लाह। सुभान अल्लाह। अल्लाह वाले बैठे ने चंद मदनी माई में पेश करने ने उस तो बाद नासिब में पेश करांगा। अल्लाह का जिक्र शर्मा के नहीं दोनों हाथ लहरा के हर बंदा करेगा। अल्लाह हो अल्लाह हो अल्लाह अल्लाह हो अल्लाह। अल्लाह हो
कौसर दा पानी, कौसर दा पानी, कौसर दा पानी है, कौसर दा पानी है। ओ सोने दे नाला दे, सोने दे नाला दे, जिंदे उंज बीत जानी है। अल्लाह हो अल्लाह, अल्लाह हो अल्लाह, अल्लाह हो अल्लाह, अल्लाह अल्लाह हो अल्लाह, अल्लाह हो अल्लाह, अल्लाह अल्लाह हो अल्लाह, अल्लाह हो अल्लाह, अल्लाह हो अल्लाह। ਇੱਕ ਨਾਸਰੀ ਨਾਲ ਜਾਲ ਕੇ ਪੇਸ਼ ਕਰਨੇ ਜੀ ਜੀ ਉਹਨੇ ਵੀ ਬੜੀ ਪਸੰਦ ਦੇ मैं उनका मंगता जेड़ा मंगता है जिथे भी खड़ा ही बैठा है, दोनों बस बाजू उठाए और कवे 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 उनका मंगता तो जो मंगता नहीं होने दे, उनका मंगता तो जो मंगता नहीं होने दे, उनका मंगता जो मंगता नहीं होने दे, उनका मंगता जो मंगता नहीं होने दे, मैं उनका मंगता जो मंगता नहीं होने दे, उनका मंगता जो मंगता नहीं होने दे। याला जेड़ा हाथ आज दोनों हाथ हाथ उठाए आज खाली ना जाए, दोनों हाथ उठाओ और कहो उनका मंगता जो मंगता नहीं होने दे, उनका मंगता जो मंगता नहीं होने। उनका मंगता जो मंगता नहीं होने दे, मैं उनका मंगता जो मंगता नहीं होने दे, उनका मंगता जो मंगता नहीं होने दे, उनका मंगता जो मंगता नहीं होने दे, उनका मंगता हूँ जो मंगता नहीं होने देते दे, 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 मेरे आका मेरे आका मेरे आका हमें रुसवा नहीं होने मेरे आस्ते उनका मंगता जो मंगता नहीं होने दे, उनका मंगता जो मंगता नहीं होने दे, उनका मंगता जो मंगता नहीं होने दे, मेरे आका
हमें रुसवा नहीं होने दे मेरे आका हमें रुसवा नहीं होने किबला सूफी मुहम्मद साहब मुहम्मद साहब पहला शेर बड़े खास है खास है खास है मेरे हर ऐब की करते हैं वो पर्दापोशी मेरे हर ऐब की करते हैं वो पर्दापोशी मेरे हर ऐब की करते हैं वो पर्दापोशी पोशी मेरे जुर्मों को तमाशा नहीं होने देते मेरे जुर्मों का तमाशा नहीं होने देते मेरे जुर्मों का तमाशा नहीं होने देते उनका मंगता तो जो मंगता नहीं होने देते उनका मंगता तो जो मंगता नहीं होने देते और मैं ऐसे गाते जी रहे जी रहे ऐसे गाते गाते मांगी की अपने मंगतों की वो फहरिस्त में रखते इस गलते माने दोनों बाद ठहर गवे अपने मंग तो की वो पहरी से में रखते हैं हमें अपने मंग तो की वो पहरी से में रखते हैं हमें अपने मंग तो की वो पहरी से में रखते हमें हमको मोहताज किसी का नहीं होने देते हमको मोहताज किसी का नहीं होने देते उनका मंगता तो जो मंगता नहीं होने देते मेरे आका हमें रुसवा नहीं होने देते मदीना पाक जाना चाहते एक बार कहते सुभान अल्लाह सुभान अल्लाह और ऊंची को उधर सुभान अल्लाह सुभान अल्लाह मेरे हालात मेरी जान के दुश्मन ठहरे मैं दुआ करना याला ना याला जेड़ा जेड़ा सब तो ची सुभान अल्लाह करे ऐसे सारे चले जाए आमीन बल्कि अल्लाह बल्कि मैं जी कह देना कैसे रमजान शरीफ चले जाए सुभान अल्लाह माशाल्लाह मैं तड़ा देख ही केड़ा जाना चाहता है मदीना मदीना
دشمن ٹھہرے میرے حالات میری جان کے دشمن ٹھہرے مجھ کو دیدارے مجھ کو دیدارے مدینہ نہیں ہونے جڑا جانا چاہتے ہاتھ اٹھا کے مجھ کو دیدار مجھ کو دیدار مجھ کو دیدار مدینہ نہیں ہونے دے مجھ کو دیدار مدینہ نہیں ہونے دے دے جن کا منگتا جن کا منگتا وہ منگتا نہیں رہنے دے دے میں جن کا منگتا وہ منگتا نہیں رہنے دے دے میرے آقا ہمیں رسوا نہیں ہونے دے دے پر قبلہ بابا جی دا چہرہ دیکھنا ایک شیر یاد آیا آپ کی نعت سے جو بن ہے بدن پہ میرے جیدے دل سے گال اترے ہاتھ چوک کے کہہ دے سبحان اللہ آپ کی نعت سے جو بن ہے بدن پہ میرے آپ کی نعت سے جو بن ہے بدن پہ میرے آقا ذکر تیرے ذکر تیرے ہمیں بوڑھا نہیں ہونے اگر میں جی کہہ دیا تو جیتے دل چی گال اتر جاوے دونا چوکے بولے آقا نعرے تیرے نعرے تیرے نعرے تیرے ہمیں بوڑھا نہیں ہونے نعرہ رسالت نعرے تیرے ہمیں بوڑھا نہیں ہونے دے دے نعرے تیرے ہمیں بوڑھا نہیں ہونے دے ان کا منگتا ہوں جو منگتا نہیں ہونے ایک بری تیڑی آواز آئیے ان کا منگتا گج بج کے پڑھو ذرا جنہ زور ساڑا لگ رہا ہے تسی بھی لاؤ تسی بھی لاؤ ان کا منگتا بہت شکریہ بہت شکریہ بہت شکریہ ان کا منگتا وہ جو منگتا نہیں ہونے دے دے ان کا منگتا وہ جو منگتا نہیں ہونے دے دے ان کا منگتا وہ جو منگتا دے دے ان کا منگتا وہ جو منگتا نہیں ہونے دے دے مینوں اس گل تے بڑا مان ہے بس ان کا منگتا ہوں جو منگتا نہیں ہونے دے دے ان کا منگتا ان کا منگتا میں ان کا منگتا ہوں جو منگتا نہیں ہونے دے ان کا منگتا
ہوں جو منگتا نہیں ہونے دیتے میرے آقا ہمیں رسوا نہیں ہونے دیتے میرے آقا ہمیں رسوا نہیں ہونے جو کرم مجھ میں میرے نبی کا دیا میں سجاتا تھا سرکار کی محفلیں مجھ کو ہر کب سے رب نے بری کر دیا ان کا منگتا ہوں جو منگتا نہیں ہونے دیتے میں ان کا منگتا ہوں جو منگتا نہیں ہونے دیتے میرے آقا تیرے آقا ہمیں رسوا نہیں ہونے دیتے میرے آقا ہمیں رسوا نہیں ہونے دیتے میں ان کا منگتا ہوں جو منگتا نہیں ہونے دیتے میں ان کا منگتا ہوں جو منگتا نہیں ہونے دیتے جو واقعہ شروع ہوا ہے تو کہتے سبحان اللہ آؤ ایک کلام بالکل نواں کلام ہے سارے لڑ کے پیش کرنے آئے ہیں ماشاءاللہ جدا ایسی بات یقین ہے تو نہ تشاہر کبھی میرے دل کی زمین پر ہے قدم زہرا کے بچوں کا میرے دل کی زمین پر ہے قدم زہرا میرے دل کی زمین پر ہے قدم زہرا کے بچوں کا میری نسلوں پہ ہے دستے کرم زہرا کے بچوں کا میری نسلوں پہ ہے دستے کرم زہرا کے بچوں کا میری نسلوں کرم سہارا کے بچوں کا میرے دل کی زمین پر ہے قدم سہارا کے بچوں کا میرے دل کی زمین پر ہے قدم سہارا ہزاروں کوششیں کر لی زمانے نے گرانے کی سبحان اللہ ہزاروں کوششیں کر لی زمانے نے گرانے کی پر مجھے جھکنے نہیں دیتا بھرم سہارا
بچوں کا مجھے چکنے نہیں دیتا بھرم سہارا کے بچوں کا مجھے چکنے نہیں دیتا بھرم سہارا کے بچوں اب کوئی کیا ہمیں گرائے گا 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 ہر سہارا گلے لگائے گا ہر سہارا گلے لگائے گا میں نے خود کو گرا لیا ہے وہاں گرنے والے جہاں سنبھلتے ہیں مجھے جھکنے نہیں دیتا پرم سہارا کے بچوں کا مجھے جھکنے نہیں دیتا پرم سہارا کے بچوں کا میرے دل کی زمین پر ہے قدم سہارا ایک بار تیڑی بات آئی میرے دل کی زمین پر ہے قدم سہارا کے بچوں کا میرے دل کی زمین پر ہے قدم سہارا کے بچوں کا خدا کے فضل سے اذن زیارت کا شرف پایا خدا شرف پایا زہے قسمت میں دیکھایا حرم سہارا کے بچوں کا زہے قسمت میں دیکھایا حرم سہارا کے بچوں کا زہے قسمت میں دیکھایا حرم سہارا کے بچوں کا میرے دل کی زمین پر ہے قدم سہارا کے بچوں کا میرے دل کی زمین پر ہے قدم سہارا کے بچوں کا میری نسلوں پہ ہے کرم سہارا کے بچوں کا میرے دل کی زمین پر ہے قدم سہارا کے بچوں کا میرے دل کی زمین پر ہے قدم سہارا کے بچوں کا میری نسلوں پہ ہے دستے کرم سہارا کے بچوں کا میرے دل کی زمین پر ہے قدم سہارا کے بچوں کا جدے دل چ پہلا مصرع اترے ہاتھ چوکے کھولے کل نظم کائنات ہے زہرا کے ہاتھ میں
نظم کائنات ہے زہرا کے ہاتھ میں مولا علی کا ہاتھ ہے بھائی زہرا کے ہاتھ میں مولا علی کا ہاتھ ہے زہرا کے ہاتھ میں کل نظم کائنات ہے زہرا کے ہاتھ میں کل نظم کائنات ہے زہرا کے ہاتھ میں پہلا شعر ہے صوفی محمد صاحب اگے کے گل کھلی ہے تے بندے دے چہرے ویکھنے کیڑا بولدا کیڑا چپ رہندا ہے مالک ہے دو جہاں کے تبدیلیاں کرے مالک ہے دو جہاں کے تبدیلیاں کرے لوح و قلم دوات ہے زہرا کے ہاتھ میں لوح و قلم دوات ہے زہرا کے ہاتھ میں کل نظم کائنات ہے زہرا کے ہاتھ میں مولا علی کا اس کلام دا آخری شعر کل نظم کائنات ہے زہرا کے ہاتھ میں مولا علی کا ہاتھ ہے زہرا کے ہاتھ میں تانوں اے شعر دا ساری راز سن رہے گا توجہ فرمانی اللہ نے منگا لی سر عرش روٹیاں اللہ نے منگا لی سر عرش روٹیاں ارے کوئی تو ایسی بات ہے زہرا کے ہاتھ میں کوئی تو ایسی بات ہے زہرا کے ہاتھ میں کل نظم کائنات ہے زہرا کے ہاتھ نظم کائنات ہے زہرا کے ہاتھ میں او میرا دل چاہ رہا ہے میں شعر پڑھ دیاں نہیں جاندا زمانہ عظمت صدیق دی نہیں جاندا زمانہ عظمت صدیق دی عظمت صدیق دی پوچھو رسول پاک تو بھئی قیمت صدیق دی پوچھو رسول پاک تو قیمت صدیق دی دشمن صدیق دے آتے میں وکھاواں دشمن صدیق دے آتے میں وکھاواں دشمن صدیق دے چہرے دا نور لگ
قدورت صدیق دی چہرے دا نور لے گئی قدورت صدیق دی نہیں جاندا زمانہ عظمت صدیق دی نہیں جاندا زمانہ عظمت صدیق دی ماشاءاللہ علی دا ذکر ہے کوئی ہاتھ تھلے نہ رہے ایک بھی ہاتھ تھلے رہ گیا میں دکھی رہاں گا اینی اونچی علی دا ذکر کرنا ہے کہ جڑی صوفی صاحب مطلب سارے انہاں نے اہتمام کیتے نے جڑی انہاں دی تھکاوٹ ہے انہاں دی تھکاوٹ لے جائے قبلہ بابا جی دی تھکاوٹ وی لے جائے اور میں تانوں لوڑ تک دعاواں دیندا جاواں علی ور کا زمانے تے کوئی پیر لکھا نینو جڑا شام تو لے کے ہی تک نہیں بولیا جن سمجھ آوے اونی اونچی بولے علی باج محمد دا علی باج محمد دا علی باج محمد دا کوئی ویر دکھا میں نو کوئی پیر بکا میں نو علی کا زمانے تے کوئی پیر بکا میں نو علی کا زمانے تے کوئی پیر بکا میں نو علی پر کا زمانے تے کوئی پیر بکا میں نو اور پہلا شعر بڑا خاص ہے اونچی ذات علی دی اونچی ذات علی دی گے کائنات علی دی گے قبلہ صوفی صاحب میں ہوں ایک اشارہ دینا اونچی ذات علی دیئے صوفی صاحب وہ اشارہ کی ہے علی کا نام بلند رکھا کر ورنہ زبان بند رکھا کر بس چیزات علی دیئے چیزات علی دیئے علی علی
چیزات علی دیئے یو چیزات علی دیئے کائنات علی دیئے ہاں ہاں کائنات علی دیئے علی برگ کسے دیوی علی برگ کسے دیوی برگی 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 علی برگ کسے دیوی علی برگ کسے دیوی برگی 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 علی برگ کسے دیوی جاگیر بکھا میں علی برگ زمانے دے کوئی پیر بکھا میں نو علی برگ زمانے دے کوئی پیر بکھا میں نو علی برگ زمانے دے کوئی پیر نو علی برگ زمانے دے کوئی پیر بکھا میں نو رشے مینوں زادی نو زادی طور تے بڑا پسند ہے کیڑا کیڑا علی دل علی مولا علی دل نو توڑ دا نہیں علی خالی موڑ دا نہیں علی باج جگیو تے کوئی امیر بھی کھا میں صوفی صاحب ہوں سبحان اللہ چیک کرنا چیک کرنا چیک کرنا علی 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 اچھی ذات علی دی گے چیزات علی دی گے کائنات علی دی گے علی برگ کسے دیوی علی برگ کسے دیوی جاگیر بکھا میں نو علی برگ زمانے دے کوئی پیر بکھا میں نو علی برگ زمانے حیدریم کلندرم مست 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 سبحان اللہ سبحان اللہ ٹیلی نگاج بج کے روز بج کے روز بج کے روز بج کے آ حیدریم کلندرم مست 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 بندہ مرتضی علی آسم پیشوائے کلندرم مستم بندہ مرتضی علی گستم پیشوائے تمام رندانم کے سگے کوئے شیر گزدانم شروع تلے کے وہ آخری بندے تک جیتا پیر لیے ہاتھ اینج اٹھائے اور کبھے حیدری غم کلندرم مستم حیدری غم کلندرم مستم حیدری غم کلندرم مستم حیدری غم
منظر فضائے دہار میں سارا علی کا ہے منظر فضائے دہار میں سارا علی کا ہے علی علی منظر فضائے دہار میں سارا علی کا ہے جس سمت دیکھتا ہو نظارہ علی کا ہے علی 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 ہے دریم کلندر مستم 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 ہے دریم نعرہ میرا مرشد سونا گنج بخش فیض عالم مظہر نور خدا نا کی سارا پیر کامل کامل آرا را جنوں رنگ چڑھیا دادا صاحب دا صاحب دا دونوں ہاتھ اٹھائے اور کہے میرا دادا سونا جو کوئی جس دا عاشق ہوں سا اسے دی گل کرتا جو کوئی جس دا عاشق ہوئے اسے دی گل کرتا جو کوئی جس دا عاشق ہوں سا اسے دی گل کرتا جو کوئی جس دا عاشق ہوں سا اسے دی گل کرتا سو مگر بہانے کر کے او تے مرنے مردا میرا خواجہ سونا بلے شاہ سونا اگر اسی ساری ساری پوچھئے کہ تسی ساری زندگی سونا گیا
ਗੱਲ ਮੈਂ ਕਰਾਂ ਲਗਾ ਕਰਾਂ ਲਗਾ ਤੇ ਬਸ ਹਰ ਬੰਦਾ ਦੋਨੋਂ ਹੱਥ ਖਾ ਕੇ ਬੋਲਾ ਕੇ ਬੋਲਾ ਇੱਕ ਵੀ ਹੱਥ ਲੈਣਾ ਰੱਖ ਲੈਣਾ ਹਾਂ ਕੋਈ ਤੇ ਬਨ ਮਾਇਆ ਤੂੰ ਲੱਗਣਾ ਦੂਜਾ ਫੇਰ ਵੀ ਤੂੰ ਮਾਇਆ ਕਿਆ ਬਾਤ ਹੈ ਤੇਰੀ ਖੈਰ ਹੋਵੇ ਤੂੰ ਮਦੀਨੇ ਵਾਲੇ ਦੇ ਨਾਂ ਤੇ ਹਾਸ਼ਮ ਨੇ ਤੇਰੀ ਖੈਰ ਹੋਵੇ ਕੋਈ ਤੈ ਬਨੂ ਮਾਇਆ ਸੂਫੀ ਸਾਹਿਬ ਜਿਹੜੀ ਹੁਣ ਸੁਭਾਨ ਲਾਣੀ ਹੈ ਤੁਹਾਨੂੰ ਮਜ਼ਾ ਆ ਜਾਣਾ ਕੋਈ ਤੈ ਬਨੂ ਮਾਇਆ ਇੱਕ ਸੋਹਣਾ ਤੂੰ ਲੱਗਣਾ ਦੂਜਾ ਫੇਰ ਵੀ ਤੂੰ ਮਾਇਆ ਮਦੀਨੇ ਵਾਲਾ ਸੋਹਣਾ 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 ਜ਼ੁਲਫ ਦੇ ਹਰ ਇੱਕ ਕੁੰਡਲ ਉੱਤੇ ਆਸ਼ਿਕ ਦਾ ਦਿਲ ਡੋਲੇ ਡੋਲੇ ਜ਼ੁਲਫ ਦੇ ਹਰ ਇੱਕ ਕੁੰਡਲ ਓਏ ਆਸ਼ਿਕ ਦਾ ਦਿਲ ਡੋਲੇ ਜ਼ੁਲਫ ਦੇ ਹਰ ਇੱਕ ਕੁੰਡਲ ਉੱਤੇ ਆਸ਼ਿਕ ਦਾ ਦਿਲ ਡੋਲੇ ਵੇਖ ਕੇ ਆਪ ਦੀ ਸੂਰਤ ਆਕਾ ਕਾਫਿਰ ਕਲਮਾ ਬੋਲੇ ਕਾਫਿਰ ਵੀ ਇਹੀ ਕਹਿੰਦਾ ਕੀ ਮਦੀਨੇ ਵਾਲਾ ਸੋਹਣਾ 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 ਬਾਤ ਬਾਤ ਲੈ ਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਪਰ ਡੁੱਬਣ ਡੁੱਬਣ ਮੁਹੰਮਦ ਬਖਸ਼ਾ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ ਸੁਭਾਨ ਅੱਲਾ ਸੁਭਾਨ ਅੱਲਾ ਮਾਸ਼ਾਅੱਲਾ ਸੁਭਾਨ ਅੱਲਾ ਇੱਥੇ ਭਾਈ ਮੁਹੰਮਦ ਨਦੀਮ ਅਜ਼ੀਜ਼ ਸਾਹਿਬ ਆਪਣੀ ਹਾਜ਼ਰੀ ਪੇਸ਼ ਕਰ ਰਹੇ ਹੈ ਮੈਂ ਕਈ ਵਾਰੀ ਦਿਲ ਨੂੰ ਆਖਿਆ ਹੈ ਬਹਿਦਿਆ ਰਾਤ ਨਾ ਖੋਲਿਆ ਕਰ ਮੈਂ ਕਈ ਵਾਰੀ ਦਿਲ ਨੂੰ ਆਖਿਆ ਭੇਦ ਗਹਿਰਾ ਅੱਗੇ ਨਾ ਖੋਲਿਆ ਕਰ ਜਿਹਦਾ ਹੈ ਸਦਾ ਤੇਰਾ ਉਸਤਾ ਤਸਬੀਹ ਯਾਰ ਦੇ ਨਾਮ ਤੇ ਰੋਲਿਆ ਕਰ ਲੱਖਾਂ ਕੌਣ ਮੁਸੀਬਤਾਂ ਤੇਰੀ ਜਾਨ ਉੱਤੇ ਸਾਬਤ ਰਵੇ ਕਦੀ ਨਾ ਡੋਲਿਆ ਕਰ ਦਾਇਮ ਰੱਖ ਨਕਸ਼ਾ ਸਾਹਮਣੇ ਯਾਰ ਵਾਲਾ ਉਹ ਬੋਲੇ ਨਾ ਬੋਲੇ ਤੂੰ ਤੇ ਬੋਲਿਆ ਕਰ ਜਿਨ੍ਹਾਂ ਨੂੰ ਬੋਲਣ ਦੀ ਆਦਤ ਹੈ ਜਿਨ੍ਹਾਂ ਨੂੰ ਬੋਲਣ ਦੀ ਸ਼ਹਾਦਤ ਹੈ ਰਾਹ ਚਾ ਕੇ ਆਖੋ ਯਾਰ ਰਸੂਲ ਅੱਲਾ ਯਾਰ ਰਸੂਲ ਅੱਲਾ ਯਾਰ ਰਸੂਲ ਅੱਲਾ ਯਾਰ ਰਸੂਲ ਅੱਲਾ ਕਹਿੰਦਾ ਆਰਤੀਏ ਨਾ ਪਾਰਤੀਏ ਡੁੱਬੀ ਬੇੜੀ ਤਾਰਤੀਏ ਗੱਲ ਸਾਰੀ ਆਵਾਜ਼ ਆਉਣੀ ਚਾਹੀਦੀ ਹੈ ਜਿਹੜਾ ਸਰਕਾਰ ਦਾ ਸਦਕਾ ਖਾਂਦਾ ਉਹ ਬੰਦਾ ਬੋਲੇ ਗੱਲ ਸਾਰੀ ਯੂ ਤੋ ਈਸਾ ਵੀ ਹੈ ਮੂਸਾ ਵੀ ਹੈ ਮਗਰ ਗੱਲ ਸਾਰੀ ਪੁੱਛੋ ਜਾ ਸਦੀ ਦੀ ਉਮਰ ਤੋਂ ਕੀ ਲੱਜ਼ਤ ਦੀਦਾਰ ਲਈਏ ਗੱਲ ਸਾਰੀ ਦੋਨੋਂ ਹੱਥ ਜਾ ਕੇ ਬੋਲੋ ਗੱਲ ਸਾਰੀ ਹਰ ਨਫਸ ਨੇ ਮੌਤ ਦਾ ਜ਼ਾਇਕਾ ਚੱਖਿਆ ਜਿਹੜਾ ਕਹਿੰਦਾ ਅੱਲਾ ਅੱਲਾ ਬਸ ਅੱਲਾ ਅੱਲਾ ਕੀਏ ਜਾਓ ਅੱਲਾ ਅੱਲਾ ਕਰੀ ਜਾਓ ਉਹਦੇ ਵਾਸਤੇ ਜਿਸ ਟਾਈਮ ਕਬਰ ਦੇ ਅੰਦਰ ਜਾਏਗਾ ਉੱਥੇ ਸਵਾਲ ਆਉਣਗੇ ਮਨ ਰੱਬੋ ਕੋ ਮੰਦੀ ਨੂੰ ਕੋ ਦੋ ਸਵਾਲ ਸਹੀ ਜਵਾਬ ਦੇਗਾ ਜਿਸ ਟਾਈਮ ਤੀਸਰਾ ਸਵਾਲ ਆ ਜਾਏਗਾ ਮਨ ਰੱਬੀਓ ਕਾ ਆਪ ਸਰਕਾਰ ਦਾ ਚਿਹਰਾ ਮੁਬਾਰਕ ਸਾਹਮਣੇ ਆ ਜਾਏਗਾ ਉੱਥੇ ਪੁੱਛਿਆ ਜਾਏਗਾ ਦੱਸ ਇਹਦੇ ਬਾਰੇ ਦੁਨੀਆਂ 'ਚ ਕੀ ਕਹਿੰਦਾ ਸੀ ਫਿਰ ਉੱਥੇ ਕਹਿਣਾ ਪੈਣਾ ਗੱਲ ਸਾਰੀ
گل ساری گل ساری رب دی رحمت مک نہیں سکدی سچی گل کدے لک نہیں سکدی لاکھ مخالفت کرے زمانہ حضور دی محفل رک نہیں سکدی لاکھ مخالفت کرے زمانہ حضور دی محفل رک نہیں سکدی میں خصوصی خطاب کے لیے دعوت دیتا ہوں جناب محترم رب نواز صاحب کو وائیں ہمیں اپنا پیارا سا خطاب سنا کر ہمارے دل کو منور فرمائیں نعرہ تکبیر نعرہ رسالت نعرہ رسالت نعرہ حیدری 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 جناب محترم قاری رب سید الانبیاء والمرسلین اما بعد فاعوذ باللہ من الشیطان الرجیم بسم اللہ الرحمن الرحیم فاسألوا اہل ذکر ان کنتم لا تعلمون الا بذکر اللہ تطمئن القلوب ان اللہ وملائکتہ یصلون علی النبی یا ایھا الذین آمنوا صلوا علیہ وسلموا تسلیما اللہم صلی علی سیدنا و مولانا محمد و علی آل سیدنا و مولانا محمد و بارک وسلم جنہوں نہیں آندا اودے واسطے ضروری ہے تے جنہوں آندا ہے اودے واسطے ضروری ہے پڑھیا صلاۃ و سلام علیک یا رسول اللہ صلاۃ و سلام علیک یا حبیب اللہ الصلاۃ والسلام علیک یا نبی اللہ وسلم علیک یا نور اللہ اسٹیٹ سیکرٹری صاحب نے مجھے 7 منٹ دیتے ہیں انہاں دی بڑی مہربانی ہے اے میں پہلا سٹیج ویکھیا جتے نعت خانہ نو پونا گھنٹہ تے عالم دین نو 7 منٹ اے میرے واسطے بھی بڑی اعزاز دی بات ہے میں ذکر دے بارے دو چار گلاں کرنی ہیں حضرت صاحب نے کیا 10-7 منٹ ٹائم ہے اسٹے سیکٹ میں ذکر دی گل کرنی ہے انی دیر تک جنی دیر تک قبلہ پیر صاحب را بڑی محبت فرمان گے کیونکہ ہر ایک چیز دا نا ڈرائیور ہوندا ہے تے جڑیاں گڈیاں بغیر ڈرائیور تو چل دیاں نا وہ نقصان اٹھا دیاں جڑیاں ڈرائیوراں نال چلدیاں وہ فائدے مند ہوندیاں میں پہلا شعر پڑھنا تے تہاڈی طبیعت پڑھنی ہے بھی تسی کتنا کہ سن سکدے ہو جے وچ تیری رضا ہوئے میرے مولا مینوں او منگ دے دے جے وچ تیری رضا بہتے تھکے ہو تسی سارے بھی سبحان اللہ نہ کہو ادھے بندے صحیح کڈ لو ادھے سبحان اللہ کہہ لو پھر دوسرے بندے صحیح کڈ لو تے دوسرے سبحان اللہ کہہ لو اور میں تو نہیں کہندا نا پر تسی سارے سبحان اللہ کہی جاؤ صحیح صحیح نال لیکن کہنی ہے سبحان اللہ جہاں وچ تیری رضا ہوئے میرے مولا مینوں او منگ دے دے جڑا لگا سی صدیق دی وچ اڈی میرے مولا مینوں او ڈنگ دے دے بہت مہربانی جڑے بولے میں تانوں سلام کرنا جہاں وچ تیری رضا ہوئے میرے مولا مینوں او منگ دے دے جڑا لگا سی صدیق دی وچ اڈی میرے مولا مینوں او ڈنگ دے دے رنگا ساریاں نوں میں مننا رنگا ساریاں نوں میں مننا اس بندے دی سبحان اللہ میرے کسے کھاتے نہیں پینی کسے کم نہیں آنی جڑا بنا مرشد سبحان اللہ کہے گا اس بندے دی کھاتے کسے نہیں سبحان اللہ پینی مینوں اس بندے دی سبحان اللہ دی ضرورت ہے جڑا آندا ہے میں نقشبندیاں تے نقشبندیاں دا مرید ہاں تے نقشبندیاں دے چاہن والا او بندہ اٹھ کے بھی داد دے تے تھوڑی ہے جڑا بغیر مرشدہ بیٹھا ہے سارا مل کے آ کے داد دے مینوں دی داد نہیں چنگی لگدی بڑا قیمتی شعر پیا پڑھنا جائیں وچ تیری رضا ہوئے میرے مولا مینوں او منگ دے دے جڑا لگا سی صدیق دی وچ اڈی میرے مولا مینوں او ڈنگ دے دے رنگا سارے نو میں مننا بھائی یار رنگا سارے نو میں مننا پر رنگا وچوں بھی نقش بندی رنگ دے دے رنگا سارے نو بہتے بہتے بندے نہ بولے نقش بندی ہتھ جا کے سبحان اللہ کہہ رکھوارا رنگا سارے نو میں مننا ہاں رنگا وچوں بھی نقش بندی رنگ دے دے جنت یار کلیم میں منگدا نہیں پر جنت وچ حضور دا سنگ دے دے جنت یار کلیم میں منگدا نہیں جنت وچ حضور دا سنگ دے دے اللہ دا قران ہے قرآن پاک دا 17واں سپارہ ہے
17वें सिपारे दी पहली सूरत पहला रकू। अल्लाह फरमांदा है फसअलू अहले ज़िक्र, तुसी जिक्र वालों तू सवाल करो, जिक्र है कई शायद। जिस बंदे की तबीयत खुश होगी उस बंदे नूं मैं जिथे तक जावगा दुआ देंगा। साढ़े पांच का टाइम से जो मैं पीर महल चो बयान करके निकलिया, इस पंडाल के तकरीबन साउंड वाला भाई बैठा सी, जो चार बंदे और बैठे सन तो मैं आके बह गया। इस वेले तक मैं बैठा, मैं सारे सुने, कोई तो मैनू भी सुने यार। जिक्र वालियां तू सवाल करो, जिक्र की है। जिक्र दिया तीन किस्म ने, एक है जिक्र लिसानी, एक है जिक्र जनानी, एक है जिक्र रूहानी। झूम जाएगा वो बंदा जेड़ा आंदा मैं कुरान सुनने वाला, जेड़ा आंदा मैं नबी दी हदीस सुनने वाला। जिक्र दिया त्रै किस्म, जिक्र लिसानी, जिक्र जनानी, जिक्र रूहानी। जिक्र लिसानी उस जिक्र नू कहंदे ने जेदा ताल्लुक जुबान नाल है। जुबान बंद जिक्र बंद। जिक्र जनानी उस जिक्र नू कहंदे ने जेदा ताल्लुक दिल नाल है। दिल जिक्र करदा रहा है, दिल किसी वजह नाल मुर्दा हो गया है, जिक्र खत्म हो गया है। शाला उस बंदे दी समझ च मेरी गल आ जाए जेड़ा आंदा मैं जिक्र करदा। तीसरी किस्म है जिक्र रूहानी, जुबान बोले ना बोले, दिल बोले ना बोले। तीसरी किस्म है जिक्र रूहानी, ओ जिक्र जेड़ी तेरी रूह जिक्र करती है। जेड़ा जिक्र तेरी रूह कर दिए, ओ बंदिया तेरी अख नू मौत है, रूह नू मौत नहीं है। तेरे हाथ नू मौत है, बोले ते भावे ना बोले तेरी मर्जी की बात है। तेरे हाथ नू मौत है, तेरी रूह नू मौत नहीं है। मैं उस बंदे नू दोवे हाथ नाल सलाम करांगा जेड़ा इस लफ्ज ते बोलेगा जिस दी रूह ने जिक्र कीता है ओ कब्रां च टुर गए ने। मेरे सखी सुल्तान बाहू ने फरमाया सी, मैं कुर्बान उनाथे बाहू ते कबर जिनांदी जीवे हूं। पर मैं कुर्बान उनाथे बाहू कबर जिनांदी जीवे हूं। लोगों ओ लोग जिन्हां दा जिक्र दिल नहीं कीता, जेदा जिक्र उन्हां दी जुबाना नहीं कीता, उन्हां दा जिक्र उन्हां दी रूहां ने कीता है। जदों रूहां ने अल्लाह का जिक्र किया है, कोई खाजा मासूम बनया है, कोई नवाबुद्दीन बन गया है, कोई मोरी दा बादशाह बन गया है। ते जिन्ना ने रूह नाल अल्लाह का जिक्र किया है, जिस वक्त वह कबरां च गए ने ना, अल्लाह नू याद करदे गए। अल्लाह का वादा है तुसी मैनू याद करो ते मैं उन्होंने अल्लाह नू याद करदियां करदियां जिंदगी गुजारी, अपने मिजारे मुकद्दस से चले गए। जो अपने मिजारे मुकद्दस से गए, क्योंकि रब का वादा है कि तुसी मेरा जिक्र करो, मैं तुहाडा जिक्र करांगा। जो अपने कबरे अनवर च चले गए, फिर उन्होंने जिक्र बाकी रखने वास्ते अल्लाह ने परिंदियां की ड्यूटी लाई है कि जाओ बाहू सुल्तान दे बूहे ते कह दियो हक बाहू। बेशक बाहू मैं अल्लाह अकबर। यार अल्लाह तेरी उम्र दराज करे यार, या रसूल अल्लाह एक चार या अली। अल्लाह यार तेनू मदीने लै जाए। मैं अल्लाह की कसम खा के आना उस बंदे नू मैं जफा पा के मिलना जेड़ा इल्म की कदर करे, जेड़ा किसी आलम दीन की कदर करे। इल्म आलम दीन दसदा है, मेहनत होंदी है उलमा दी, बड़ी मेहनत नाल पढ़िया जांदा है। आओ एक वाकया पेश करके अगर तुहाडी तबीयत सही होवे। हजरत सैयदना गौसे पाक
ਮਿੰਬਰ ਤੇ ਖਿਤਾਬ ਪੈ ਕਰ ਦਿੰਦਾ। ਸਾਹਮਣੇ ਇੱਕ ਬੰਦਾ ਬੈਠਾ ਜਿਹਦਾ ਨਾਂ ਹਜ਼ਰਤ ਸ਼ੇਖ ਅਲੀ ਬਿਨ ਹੈਤੀ ਏ। ਕੀ ਨਾਂ ਹੈ? ਹਜ਼ਰਤ ਸ਼ੇਖ ਅਲੀ, ਸ਼ੇਖ ਨਹੀਂ, ਸ਼ੇਖ ਅਲੀ ਬਿਨ ਹੈਤੀ। ਸਾਹਮਣੇ ਬੈਠਾ ਹਜ਼ਰਤ ਗੌਸ ਪਾਕ ਜ਼ਿਕਰ ਪੈ ਕਰਦੇ। ਜਿਸ ਵਕਤ ਜ਼ਿਕਰ ਕਰਦਿਆਂ ਕਰਦਿਆਂ ਹਜ਼ਰਤ ਗੌਸ ਪਾਕ ਨੇ ਨਬੀ ਦੇ ਚਿਹਰੇ ਦੀ ਬਾਤ ਕੀਤੀ ਨਾ, ਰੁਖ ਮੁਸਤਫਾ ਹੈ ਵੋ ਆਈਨਾ ਕਿ ਐਸਾ ਕੋਈ ਵੀ ਆਈਨਾ ਨਾ ਕਿਸੀ ਕੇ ਬਸਮੇ ਖਿਆਲ ਮੇ ਹੈ ਨਾ ਦੁਕਾਨ ਆਈਨਾ ਸਾਜ਼ ਮੇ ਹੈ। ਮੈਂ ਕਰਾਚੀ ਦੇ ਅੰਦਰ ਹਜ਼ਰਤ ਸਾਹਿਬ ਨੂੰ ਜਾਣਦੇ ਹੋਣਗੇ, ਖਾਜਾ ਮੁਹੰਮਦ ਜਮੀਲ ਖਾਨ ਲੋਧੀ, ਉਹਨਾਂ ਦਾ ਮਜ਼ਾਰ ਕਰਾਚੀ ਦੇ ਅੰਦਰ ਹੈ। ਮੈਂ ਉਸ ਜਗ੍ਹਾ ਦੇ ਉੱਤੇ ਬਿਆਨ ਕਰਕੇ ਆਇਆ, ਉਹਨਾਂ ਨੇ ਜੰਪ ਚਾ ਕੇ, ਉਹਨਾਂ ਦੇ ਬੇਟੇ ਹਨ ਜਮੀਲ ਖਾਨ ਲੋਧੀ ਸਾਹਿਬ, ਉਹਨਾਂ ਨੇ ਬੜਾ ਜੰਪ ਚਾ ਕੇ ਸੁਭਾਨ ਅੱਲਾਹ ਕਿਹਾ। ਮੈਂ, ਮੇਰਾ ਦਿਲ ਕਰਦਾ ਕਿ ਮੈਂ ਉਹ ਸ਼ੇਰ ਜਨਾਬ ਨੂੰ ਵੀ ਸੁਣਾ ਦਿਆਂ, ਸਰ ਤੋਂ ਲੈ ਕੇ ਪੈਰਾਂ ਤਾਈਂ, ਸਰ ਸੇ ਲੈ ਕਰ ਪੈਰਾਂ ਤਾਈਂ ਮੇਰੇ ਆਕਾ ਤਨਵੀਰ ਹੀ ਤਨਵੀਰ ਹੈ, ਸਰ ਸੇ ਲੈ ਕਰ ਪਾਉਂ ਤੱਕ ਆਕਾ ਤਨਵੀਰ ਹੀ ਤਨਵੀਰ ਹੈ। ਅਰੇ ਗੁਫ਼ਤਗੂ ਸਰਕਾਰ ਕੀ ਕੁਰਾਨ ਕੀ ਤਫਸੀਰ ਹੈ, ਅਰੇ ਗੁਫ਼ਤਗੂ ਸਰਕਾਰ ਕੀ ਕੁਰਾਨ ਕੀ ਤਫਸੀਰ ਹੈ, ਮਹਿਵੇ ਹੈਰਤ ਹੈ ਯੇ ਦੁਨੀਆ ਮੁਸਤਫਾ ਕੋ ਦੇਖ ਕਰ ਕਿ ਵੋ ਮੁਸੱਵਰ ਕੈਸਾ ਹੋਗਾ ਜਿਸਕੀ ਯੇ ਤਸਵੀਰ ਹੈ, ਅਰੇ ਵੋ ਮੁਸੱਵਰ ਕੈਸਾ ਹੋਗਾ, ਅਰੇ ਵੋ ਮੁਸੱਵਰ ਕੈਸਾ ਹੋਗਾ, ਵੋ ਮੁਸੱਵਰ ਕੈਸਾ ਹੋਗਾ ਜਿਸਕੀ ਯੇ ਤਸਵੀਰ ਹੈ। ਹਜ਼ਰਤ ਸ਼ੇਖ ਅਲੀ ਬਿਨ ਹੈਤੀ ਸਾਹਮਣੇ ਬੈਠੇ, ਹਜ਼ਰਤ ਗੌਸ ਪਾਕ ਨੇ ਲਜਪਾਲ ਨਬੀ ਦੇ ਚਿਹਰੇ ਦਾ ਜ਼ਿਕਰ ਕੀਤਾ। ਮੈਂ ਕੋਈ ਇੰਗਲੈਂਡ ਜਾਂ ਬਰਤਾਨੀਆ ਚੋਂ ਨਹੀਂ ਆਇਆ, ਮੈਂ ਗੁਲਜ਼ਾਰੇ ਮਦੀਨਾ ਗੜਾ ਮੋੜ ਮਸਜਿਦ ਚੋਂ ਆਇਆ। ਤੁਹਾਨੂੰ ਮੇਰੀ ਜ਼ਬਾਨ ਦੀ ਸਮਝ ਹੈ ਤੇ ਮੈਨੂੰ ਵੀ ਜਨਾਬ ਦੀ ਜ਼ਬਾਨ ਦੀ ਸਮਝ ਹੈ। ਹਜ਼ਰਤ ਗੌਸ ਪਾਕ ਨੇ ਜੋ ਬਿਆਨ ਕੀਤਾ ਨਾ ਤੇ ਹਜ਼ੂਰ ਦੇ ਚਿਹਰੇ ਦਾ ਜ਼ਿਕਰ ਆਇਆ। ਹਜ਼ਰਤ ਸ਼ੇਖ ਅਲੀ ਬਿਨ ਹੈਤੀ, ਆਪ ਨੂੰ ਨੀਂਦਰ ਆ ਗਈ, ਆਪ ਨੇ ਅੱਖਾਂ ਬੰਦ ਕੀਤੀਆਂ, ਆਪ ਨੂੰ ਨੀਂਦਰ ਆ ਗਈ। ਹਜ਼ਰਤ ਗੌਸ ਪਾਕ ਨੇ ਆਪਣਾ ਮਿੰਬਰ ਛੋੜਿਆ, ਤਕਰੀਰ ਖਤਮ ਕੀਤੀ, ਹਜ਼ਰਤ ਸ਼ੇਖ ਅਲੀ ਬਿਨ ਹੈਤੀ ਦੇ ਸਾਹਮਣੇ ਜਾ ਕੇ ਨਾ ਹੱਥ ਬੰਨ ਕੇ ਖਲੋ ਗਏ ਤੇ ਹਜ਼ੂਰ ਦੀ ਜ਼ਾਤ ਤੇ ਦਰੂਦ ਸਲਾਮ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਸ ਵਕਤ ਸੋਹਣੇ ਲਜਪਾਲ ਨਬੀ ਦੀ ਜ਼ਾਤ ਤੇ ਮੇਰੇ ਗੌਸ ਪਾਕ ਨੇ ਦਰੂਦ ਸਲਾਮ ਪੜ੍ਹਿਆ ਨਾ, ਤੇਰਾ ਦਰੂਦ ਸਲਾਮ ਪੜ੍ਹਨਾ ਹੋ ਰਹੇ, ਮੇਰਾ ਦਰੂਦ ਸਲਾਮ ਪੜ੍ਹਨਾ ਹੋ ਰਹੇ, ਗੌਸ ਪਾਕ ਦਾ ਦਰੂਦ ਪੜ੍ਹਨਾ ਹੋ ਰਹੇ। ਹਜ਼ਰਤ ਗੌਸ ਪਾਕ ਨੇ ਜਿਸ ਵਕਤ ਦਰੂਦ ਸਲਾਮ ਪੜ੍ਹਿਆ ਨਾ, ਸਾਰੀ ਮਹਿਫਿਲ ਦੇ ਵਿੱਚੋਂ ਸਾਰੇ ਬੰਦੇ ਬੜੇ ਹੈਰਾਨ ਹੋਏ। ਉਹਨੇ ਆਖਿਆ, ਯਾਰ ਅਜੀਬ ਗੱਲ ਹੈ, ਇੱਕ ਬੰਦਾ ਤਕਰੀਰ ਪਿਆ ਸੁਣਦਾ, ਗੌਸ ਪਾਕ ਤਕਰੀਰ ਪਿਆ ਕਰਦਾ, ਆਪਨੇ ਤਕਰੀਰ ਖਤਮ ਕਰ ਦਿੱਤੀ ਹੈ, ਜਿਹੜਾ ਬੰਦਾ ਨਿੰਦਰ ਪਿਆ ਕਰਦਾ, ਜਿਹੜਾ ਬੰਦਾ ਸੁੱਤਾ ਪਿਆ, ਉਹਦੇ ਸਾਹਮਣੇ ਆਪ ਜਾ ਕੇ ਹੱਥ ਬੰਨ ਕੇ ਖਲੋ ਗਏ, ਇਹ ਕਿਹੜਾ ਤਰੀਕਾ ਹੈ? ਕਿਤਾਬ ਹਵਾਲੇ ਦਾ ਮੈਂ ਜ਼ਿੰਮੇਦਾਰ ਹਾਂ। ਜਿਸ ਵਕਤ ਆਪ ਨੇ ਇਹ ਕੰਮ ਕੀਤਾ ਤੇ ਲੋਕਾਂ ਨੇ ਆਖਿਆ ਵੀ ਗੌਸ ਪਾਕ ਨੇ ਬੜਾ ਅਜੀਬ ਕੰਮ ਕੀਤਾ। ਥੋੜੀ ਦੇਰ ਬਾਅਦ ਹਜ਼ਰਤ ਸ਼ੇਖ ਅਲੀ ਬਿਨ ਹੈਤੀ ਦੀ ਨਿੰਦਰ ਖੁੱਲੀ, ਆਪ ਜਾਗੇ, ਹਜ਼ਰਤ ਗੌਸ ਪਾਕ ਨੇ ਉਹਨਾਂ ਦਾ ਹੱਥ ਪਕੜਿਆ, ਚੁੰਮ ਲਿਆ। ਜਦੋਂ ਚੁੰਮਿਆ ਨਾ, ਬੰਦੇ ਹੋਰ ਹੈਰਾਨ ਹੋ ਗਏ, ਉਹਨਾਂ ਨੇ ਆਖਿਆ ਅਗਲੀ ਗੱਲ ਕੀ ਸੀ ਜਿਹੜੀ ਇਹ ਹੋ ਗਈ ਹੈ, ਹਜ਼ਰਤ ਗੌਸ ਪਾਕ ਹੱਥ ਵੀ ਬੰਨ ਕੇ ਖਲੋ ਗਏ ਤੇ ਆਪਣੇ ਹੱਥ ਵੀ ਚੁੰਮਦੇ ਨੇ, ਪੈ ਆ ਕੇ ਬੈਠ ਗਏ। ਜਦੋਂ ਆ ਕੇ ਬੈਠਣਾ, ਮੇਰੀ ਅਗਲੀ ਗੱਲ, ਜਿਹੜਾ ਬੰਦਾ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ, ਗੱਲ ਨਸੀਬਾਂ ਦੀ ਹੈ। ਹਜ਼ਰਤ ਗੌਸ ਪਾਕ ਨੇ ਜਿਸ ਵਕਤ ਆ ਕੇ ਆਪਣੇ ਮਿੰਬਰ ਤੇ ਤਸ਼ਰੀਫ ਰੱਖੀ ਤੇ ਬੈਠੇ ਨਾ, ਇੱਕ ਬੰਦਾ ਉੱਠਿਆ, ਉਹਨੇ ਆਖਿਆ ਗੌਸ ਪਾਕ ਮੈਂ ਇੱਕ ਸਵਾਲ ਕਰਾਂ। ਆਪਣੇ ਫਿਰ ਮੈਂ ਪੁੱਛ ਆਂਦਾ ਜੀ, ਉਹ ਜਿਹੜਾ ਬਾਬਾ ਬੈਠਾ ਹੈ, ਉਹ ਜਿਹੜਾ ਬਜ਼ੁਰਗ ਬੈਠਾ ਹੈ, ਉਹ ਜਿਹੜਾ ਕੁਰਸੀ ਤੇ ਨਿੰਦਰ ਪਿਆ ਕਰਦਾ ਹੈ, ਤੁਸੀਂ ਆਪਣਾ ਮਿੰਬਰ ਛੋੜ ਕੇ ਉਸ ਬੰਦੇ ਦੇ ਸਾਹਮਣੇ ਹੱਥ ਬੰਨ ਕੇ ਕਿਉਂ ਖਲੋਤੇ ਹੋ? ਉਹ ਜਿੰਨੀ ਦੇਰ ਨਿੰਦਰ ਕਰਦਾ ਰਿਹਾ ਤੁਸੀਂ ਉਹਦੇ ਸਾਹਮਣੇ ਹੱਥ ਬੰਨ ਕੇ ਖੜੇ ਰਹੇ, ਜਦੋਂ ਉਸਨੇ ਨਿੰਦਰ ਖਤਮ ਕੀਤੀ ਹੈ ਤੁਸੀਂ ਉਹਦਾ ਹੱਥ ਚੁੰਮਿਆ ਤੇ ਹੱਥ ਚੁੰਮ ਕੇ ਫਿਰ ਤੁਸੀਂ ਆ ਕੇ ਆਪਣੇ ਮਿੰਬਰ ਤੇ ਬੈਠੇ ਹੋ, ਗੌਸ ਪਾਕ ਤੁਹਾਡੀ ਸ਼ਾਨ ਕਿਤਨੀ ਹੈ?
یا غوث پاک بڑی شان کتنی ہے، تسی اپنا ممبر چھوڑ دیتا، تسی اپنی تقریر ختم کیتی، تسی سارے مجمع نو چیر کے اس بندے کول جا کے جڑا نیندر پیا کردا ہے، ستا پیا ہے، اودے سامنے ہتھ من کے کھلو گئے ہو۔ میں جس وقت ایتھے پہنچیا تقریباً میرے ذہن مطابق اس ویلے پونے کو نو دا ٹائم سی، جس ویلے میں ایتھے پہنچیا تقریباً میرے ذہن مطابق اس ویلے تو لے کے جڑا ہن تک بندہ نہیں نا بولیا، اس بندے نو چاہیے سویرے اپنا چیک اپ کراوے بھی رولا کی ہے، میں بولتا کیوں نہیں، میں اتنا قیمتی لفظ پیا پڑھنا، اگر بندہ کوئی دل تے ہاتھ رکھے نا تو دوسرے بندے نو آکھے دبا، تیسرے نو آکھے زور لا، او بندے دی زبان نامی بولی او دا دل سبحان اللہ ضرور رکھے گا۔ پوری محفل چ میں بیٹھا رہا تلاوت تو لے کے بلکہ ذکر تو لے کے پیر صاحب والے نہیں سی ہے تے میں ایتھے پہنچیا، اس ویلے تو لے کے ہن تک میں اتنا بڑا لفظ نہ کسی نے پڑھیا نہ شاید پھر کوئی پڑھے، میں اتنا بڑا لفظ پیا پڑھنا، اتنا بڑا لفظ میں پیا پڑھنا، اور میں دامن پکڑ لیا خواجہ محمد معصوم صاحب دا، شاید کہ میرے پڑھن دے اندر غلطی ہوئے تے حضرت صاحب رحم مہربانی فرما دیں گے، اللہ والے کرم فرما دیں گے، بڑا قیمتی لفظ پہ پیش کرنا۔ لوگوں نے پوچھا غوث پاک کیا کی کیتا ہے آپ نے، وہ دے سامنے ہتھ بن کے کھلو گئے ہو، وہ بندہ ستا پیا ہے، حضرت غوث پاک نے جڑا جواب دیتا، سونے دا کاغذ چاندی دا قلم لے کے آ، انہوں بیٹھ کے لکھ پوری زندگی لکھ، اس لفظ دی قیمت نہیں ہوئے گی، جو بولے گا تیری محبت ہوئے گی۔ حضرت غوث پاک نے فرمایا لوگو میں اتھوں اٹھ کے او دے سامنے ہاتھ ایمے نہیں بننے، جدو او ستا ہے نا او دے خواب کے اندر میرا نبی آ گیا ہے۔ شالا جڑا بندہ بولے انہوں بھی آج رات نبی دی زیارت نصیب ہو جائے، یار جڑا بندہ بولے گا تے محبت نال نبی دی ذات درود و سلام پڑے گا، کملی والا مہربانی فرمائے گا، آمنہ دلال شفقت فرمائے گا، میرے پاک نبی مہربانی فرمان گے، آو نبی دے غلامو حضرت غوث پاک فرمان دے نے، جس وقت اس نوں نیندر آئیے او دے خواب دی عالم دی اندر میرا نبی ٹر کے آیا ہے، جس وقت سرکار دی زیارت اس بندے نوں ہوئی ہے میرے نبی دا چہرہ انور ویکھے آیا ہے۔ اگر اجازت ہوئے تے میں نبی دے چہرے تے کہ شعر میں بھی پڑھ سکنا، آو نبی دے غلامو نبی دا کیڑا چہرہ، جس نبی دے چہرے نو اللہ ویکھدا ہے تے فرماندا ہے ودوہا، میرے نبی دا اتنا عظیم چہرہ ہے جس چہرے دے اتے آمنہ دا لال سرما پاوے تے رب قرآن بناوے، میرا نبی ہاتھ اٹھاوے تے رب قرآن بناوے، جڑا ستا پیا اس بندے نو تساں نہیں کہنا بھئی سبحان اللہ کہے، بندے دا دل آکھے تے تاں سبحان اللہ دی دیوانیاں چس بندی ہے۔ حضرت غوث پاک دے منن والیو، اس پوری محفل دے اندر آن والیو، میرے نبی دا او چہرہ ہے جڑا کھڑے تے اللہ فرماندا ہے ودوہا، نبی دا ہاتھ اتنا عظیم ہے اٹھ جائے تے اللہ فرماندا ہے ید اللہ فوق ایدیہم، اس چہرے نو حضرت پیر مہر علی شاہ نے ویکھیا، جد پیر مہر علی شاہ نے نبی دا چہرہ ویکھیا تو پیر مہر علی شاہ نے قلم چاہ کے لکھ کیا کیا اس صورت نو میں، سویرے تک کوئی بندہ اداری سبحان اللہ مینوں دے سکدا ہے؟ گلے موڑ میرے کول آیا جے 20 سبحان اللہ لے جائے، رات دا ٹائم ہے اس وقت سبحان اللہ تھوڑیاں نے میرے کول تے میرا دل کر دے اداری سبحان اللہ ایک بار بندے کہہ لیا گج بج کے کہہ رہا سی سبحان اللہ۔ پیر میرے لئی شاہ فرماندے نے میں نبی دا چہرہ ویکھیا، جدو میری نگاہ آمنہ دے لال دے چہرے تے پئی میں قلم اٹھایا بہ کے لکھیا کہ اس صورت نو میں جانا کا جانا کا کہ جان جانا کا او
ओ सची आका ते रब दी मैं शान आका जिस शान तो शान सब बढ़िया पीर मेरे लिए शाह फरमाते ने मैं नबी दा चेहरा वेखिया ते रब दा कुरान पढ़िया नबी दी हत्ता नू वेखिया ते रब दा कुरान पढ़िया नबी दे रुखसारा नू वेखिया ते रब दा कुरान पढ़िया नबी दीआं अक्खां वेखिया ते रब दा कुरान पढ़िया नबी दा सज्जा हथ वेखिया ते कुरान पढ़िया नबी दा खब्बा हथ वेखिया ते कुरान पढ़िया नबी दी इबादत वेखी ते रब दा कुरान पढ़िया नबी दा सीना वेखिया रब दा कुरान पढ़िया जदों नबी दा सीना मैं वेखिया ते रब दा कुरान पढ़िया नबी दे पैरां तों लैके सारा जिसम जदों मैं कुरान च पढ़िया फिर मैं बह के लिख के आख्या सुभान अल्लाह अजमल का मा आसन का मा अकमल का सुभान अल्लाह मा अजमल का मा आसन का मा अकमल का किथे मेरे अली किथे तेरी सना सुनिया किथे मेरे अली किथे तेरी सना उस ताकी अखी जिन्हां दा दिल जिक्र करदा है ना उन्हां दी क्या बात है पर जिन्हां दी रूह अल्लाह दा जिक्र करदी है ओ बार पक्की है मैनूं कोई बंदा आखे ना हजार रुपये लै ला ते उत्थे खलो के आख अल्लाह अल्लाह मैं आखां वो चुप कर जा मैं मौलवी बंदा गुलजारे मदीना दा खतीबा बंदे की आखां ਬੰਦੇ ਮੈਨੂੰ ਆਖਣਗੇ ਮੈਂ ਉਹ ਯਾਰ ਮਿਹਰਬਾਨੀ ਕਰ ਉਹ ਸਭ ਸਭ ਮਿਹਰਬਾਨੀ ਕਰ ਹਜ਼ਾਰ ਕੋਲੇ ਰੱਖ ਬੰਦੇ ਕੀ ਆਖਣਗੇ ਗੁਲਜ਼ਾਰੇ ਮਦੀਨਾ ਦੇ ਮੌਲਵੀ ਉਹ ਚੁੱਕ ਚੁੱਕੋਤਾ ਅੱਲਾ ਅੱਲਾ ਕਰੇ ਜਿਹੜੇ ਅਕਲ ਵਾਲੇ ਨੇ ਉਹ ਦਲੀਲਾਂ ਮੰਗਦੇ ਨੇ ਤੇ ਜਿਹੜੇ ਇਸ਼ਕ ਵਾਲੇ ਨੇ ਉਹ ਦਲੀਲਾਂ ਨਹੀਂ ਮੰਗਦੇ ਹੁੰਦੇ ਅਕਲ ਵਾਲੇ ਆਉਂਦੇ ਨੇ ਉੱਥੇ ਖਲੋ ਕੇ ਆਖਣਾ ਅੱਲਾ ਅੱਲਾ ਤੇ ਬੰਦੇ ਕੀ ਆਖਣਗੇ ਪਰ ਜਿਹੜੇ ਇਸ਼ਕ ਵਾਲੇ ਨੇ ਨਾ ਜਿਹੜੇ ਆਪਣੀਆਂ ਵਰਦੀਆਂ ਚ ਨੇ ਖਾਜਾ ਮੁਹੰਮਦ ਮਾਸੂਮ ਸਾਹਿਬ ਫਰਮਾਨ ਦੇ ਸੀ ਬੇਟਾ ਵਰਦੀ ਚ ਰਿਹਾ ਕਰੋ ਉਹ ਵਰਦੀਆਂ ਵਾਲਿਆਂ ਬੰਦਿਆਂ ਨੂੰ ਬੰਦੇ ਪੁੱਛਦੇ ਨਹੀਂ ਹੁੰਦੇ ਉਹ ਕਿਹੜੇ ਮਹਿਕਮੇ ਦਾ ਹੈ ਉਹ ਪੁਲਿਸ ਚ ਹੈ ਜਾਂ ਸਬ ਇੰਸਪੈਕਟਰ ਲੱਗਾ ਹੈ ਆਪਣੀ ਵਰਦੀ ਪਾਈ ਹੋਵੇ ਨਾ ਤੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਇਹ ਕਿਸੇ ਦੇ ਪਾਲਟੀ ਦਾ ਬੰਦਾ ਹੈ ਅੱਲਾ ਦੇ ਬੰਦਿਓ ਜਿਸ ਬੰਦੇ ਨੇ ਆਹ ਚੁੰਡਾ ਵਾਲੀ ਟੋਪੀ ਪਾਈ ਹੋਵੇ ਤੇ ਨਾਲ ਵਾਸਕਰ ਤੇ ਗੱਲੇ ਚ ਰੁਮਾਲ ਪਾਈ ਹੋਵੇ ਤੇ ਦਾੜੀ ਰੱਖ ਕੇ ਤੂੰ ਜ਼ੁਲਫਾਂ ਰੱਖੀ ਹੋਣ ਤੇ ਅੱਲਾ ਅੱਲਾ ਦਾ ਜ਼ਿਕਰ ਪਿਆ ਕਰਦਾ ਹੋਵੇ ਨਾ ਪੁੱਛਣਾ ਨਹੀਂ ਪੈਂਦਾ ਹੈ ਕਿੱਥੋਂ ਆਇਆ ਹੈ ਆਪੇ ਹੀ ਦੱਸਦੇ ਨੇ ਖਾਜਾ ਮਾਸੂਮ ਦਾ ਦੀਵਾਨਾ ਹੈ ਪੁੱਛਣਾ ਨਹੀਂ ਪੈਂਦਾ ਕਿੱਥੋਂ ਆਇਆ ਹੈ ਆਪੇ ਹੀ ਲੋਕ ਆਉਂਦੇ ਨੇ ਖਾਜਾ ਨਵਾਬੁਦੀਨ ਦੇ ਮੰਨਣ ਵਾਲਾ ਹੈ ਕਿਆਮਤ ਦੀ ਸੁਬਹ ਹੋ ਜਾਵੇ ਬੰਦਾ ਨਹੀਂ ਬੋਲ ਸਕਦਾ ਜਿਹੜਾ ਹੁਣ ਨਹੀਂ ਬੋਲਦਾ ਪੁੱਛਣਾ ਨਹੀਂ ਪੈਂਦਾ ਕਿੱਥੋਂ ਆਇਆ ਹੈ ਫਤਿਹਪੁਰ ਦੇ ਇਲਾਕੇ ਵਿੱਚੋਂ ਆਇਆ ਹੈ ਪੁੱਛਣਾ ਨਹੀਂ ਪੈਂਦਾ ਕਿਹਦਾ ਮੁਰੀਦ ਹੈ ਆਪੇ ਕਹਿੰਦੇ ਨੇ ਪੀਰ ਸਾਹਿਬ ਦਾ ਮੁਰੀਦ ਹੈ ਇਹ ਕੰਮ ਹਰ ਬੰਦਾ ਨਹੀਂ ਕਰ ਸਕਦਾ ਕਰਦਾ ਉਹ ਹੈ ਜਿਹਦੇ ਸੀਨੇ ਦੇ ਅੰਦਰ ਅੱਲਾਹ ਤੇ ਰਸੂਲ ਦੀ ਮੁਹੱਬਤ ਮੁਸਤਫਾ ਸਨਾਇਤ ਪਹਿਲਾ ਵੋ ਹਮਾਰੇ ਨਬੀ ਹਮ ਉਨਕੇ ਉਮਤੇ ਵੋ ਹਮਾਰੇ ਨਬੀ ਹਮ ਉਨਕੇ ਉਮਤੇ ਤੇਰੇ ਕਿਸਮਤ ਪਹਿਲਾ ਕੋ ਸਲਾਮ ਮੁਸਤਫਾ ਜਾਨੇ ਰਹਿਮਤ ਪਹਿਲਾ
سید مرشد لا مصطفیٰ جان رحمت لا اللہ 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 سجا تارا جو بیا تارا فیض پا تارا چہرہ انور مسکرا تارا ایسے خواجہ میاں جی بلا کو سلا آقا تو سکی تیرا سکی دربار ہے ہو جائے نظر کرم تو سب کا بیڑا پار ہے دست بستا ہے کڑے حاضر غلام پیش کرتے سلام کالے کملی والے السلام غیب جانن والے السلام سبز گنبد کے مکی السلام یا رحمت بسم اللہ الرحمن الرحیم الحمدللہ رب العالمین یا رب العالمین ختم خواجگی شریف نعت خوانی درود و سلام علماء کرام نے جو بھی بیان کیا میرے آقا مولا اپنی بارگاہ قبول و منظور فرما یا رب العالمین اس ثواب سن نبی پاک حضرت محمد مصطفیٰ احمد مجتبہ سرکار دو عالم صلی اللہ علیہ وسلم کی خدمت ہدیتاً تحفتاً عاجزاً پیش کیتا جاندا ہے آپ دی تفیض میں الانبیاء شہداء صالحین نقشبندیہ سہروردیہ چشتیہ صابریہ غوثیہ ویسن شاہیہ قادریہ خاندان دے بزرگاں مریداں دی روح نو بخشی جمیع المسلمین جمیع المسلمات جمیع المومنین جمیع المومنات جو مسلمان جن مرد اور تھو گزرے ہیں جو ہون گے جو ہیں سارے دی روح نو بخشی یا رب العالمین مخصوص پہ مخصوص اہل خانہ محترم حضرت صوفی فقیر حسین صاحب محترم صوفی مزمل صاحب ان دے بھائی ان کے خاندان میں سے جو بھی دنیا سے جا چکے ہیں میرے آقا مولانا دی روح نو بخشی یا رب العالمین حاضرین محفل ان کے عزیز و کرم جس دنیا فانی سے جا چکے ہیں ان سب کی روحوں کو بخشی
या रब العالمین सवाब ये करीब कब्रस्तान में जितने लोग मदफून है मेरे आका मौला सब दिया रूहों नूं बख्शी। या रब العالمین बस्ती इलाका महला शहर सब दे हाल ते करम फरमा। या रब العالمین सब दी हाजरी अपनी बारगाह च कबूल मंजूर फरमा। या रब العالمین जीवियत हजूर की गुलामी च मरियत हजूर की गुलामी च। या रब العالمین अदना हाजरी अपनी बारगाह च कबूल मंजूर फरमा। जाने में अनजाने में जो भी गलती कोताही हुई माफ़ फरमा। या रब العالمین खार हैं बदकार हैं डूबे हुए जिल्लत में हैं कुछ भी हैं तेरे सोने महबूब की उम्मत अपने सोने महबूब का सदका नेकां ते पाकां दा सदका मेरे आका मौला हम सब दी हाजरी कबूल मंजूर फरमा। हम सब दे सगीरा ओ कबीरा गुनाह माफ़ फरमा। या रब العالمین जो बीमार हैं उनको शफा अता फरमा। जो परेशान हैं उनकी परेशानियाँ दूर फरमा। या रब العالمین मोहम्मद नसीर साहब 104 10 आर या रब العالمین उसको सेहत कुली अता फरमा। इस महफिल पाक का सदका नेकां दे पाकां का सदका मेरे आका मौला उसको सेहत कुली अता फरमा। तमाम जो बीमार हैं अस्पतालों में घरों में मेरे आका मौला सबको सेहत अता फरमा। अल्लाहुम्मा या काज़ी अल हाजात या दाफ़ी अल बलियात या हल अल मुश्किलात या काफ़ी अल महिमात या शाफ़ी अल अमराज या मुनज़्ज़िल अल बरकात या मुसब्बिह अल असबाब या राफ़िअ अल दरजात या मुजीब अल दावात या मानुल ख़ाइफ़ीन या ख़ैरुन नासिरीन या दिल अल मुतहय्यरीन या ग़ियाथ अल मुस्तग़ीसीन अग़िसना या मुनफ़िर अल महज़ूनीन रब्बि इन्नी मग़लूबन फ़ंतसिर या अल्लाह या रहमान या रहीम या अरहमुर राहिमीन उनसुरना फ़इन्नका ख़ैरुन नासिरीन وافتح لنا فإنك خير الفاتحين واغفر لنا فإنك خير الغافرين وارزقنا فإنك خير الرازقين واحفظنا فإنك خير الحافظين واهدنا من جن من القوم الظالمين। या रब العالمین जो दोस्त दूर दराज से सफर करके तरह तरह की तकलीफ़ों बर्दाश्त करके फिलहाल तेरी ज़ात की खातर आए ने हाजिर हुए ने मेरे आका मौला सब की हाजिरी कबूल मंजूर फरमा। या रब العالمین जो माएँ बहनें जो भी नेक तमन्ना लेके आई मेरे आका मौला सब दी कबूल मंजूर फरमा। या रब العالمین जिन दोस्तों ने महफिल पाक को कैम किया दामे दिर में कदम सुख ने हिस्सा लिया मेरे आका मौला कबूल मंजूर फरमा। या अल्लाह पाक सदा बहार देवी इस पागे कदी खजाना होवे होवन फैज हजारा ताई हर भुखा फल खावे मिठा मेवा बख्श जया कुदरती घत शीरी जो खावे रोग उसका जावे दूर होवे दिलगीरी सल्लल्लाहु अला हबीब ही मुहम्मद व आलि व सहाबी वसल्लम। या रब العالمین फकीर दाफिला सफर कबूल मंजूर।